ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਚੈਨਲ ਦੇ ਵਿੱਚ। ਦਸਤਾਰ ਦੀ ਲੈਂਥ ਹੈ ਜੋ 7.5 meter ਹੈ ਜੀ। ਕੱਪੜਾ ਫੁੱਲ ਵੈਲ ਵਰਤਿਆ ਗਿਆ, ਤੁਸੀਂ ਦੇਖ ਸਕਦੇ ਹੋ ਵੀਡੀਓ ਦਾ ਡਿਜ਼ਾਇਨ ਹੈ ਜੋ ਤੁਹਾਨੂੰ ਪਤਾ ਲੱਗ ਗਿਆ, ਸਟਾਈਲ ਹੈ ਜੋ ਪਤਾ ਲੱਗ ਗਿਆ ਜੀ। ਪਹਿਲਾ ਲੜਾ ਜੋ ਆਪਾਂ ਪਿੱਛੋਂ ਗੰਢ ਤੋਂ ਸੱਜੇ ਵੱਲ ਨੂੰ ਕਰਕੇ ਸਿਰ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਨਹੀਂ ਲਾਉਣਾ। ਇਹ ਲੜਾ ਜੋ ਆਪਾਂ ਕੰਨ ਕੰਨੀ ਨੂੰ ਜ਼ਿਆਦਾ ਕਰਕੇ ਲਾਉਣਾ, ਕਿਉਂਕਿ ਇਹਦੇ ਵਿੱਚ ਆਪਾਂ 50 ਨਹੀਂ ਦਿਖਾਉਣੀ। ਤਾਂ ਤੁਸੀਂ ਥੋੜ੍ਹੇ ਥੋੜ੍ਹੇ ਬੱਟ ਕ੍ਰੀਏਟ ਕਰਕੇ ਜੋ ਇਹ ਲੜਾ ਹੈ ਜੋ ਪਹਿਲਾਂ ਲਾਉਣਾ ਹੈ ਜੀ, ਇਹ ਕੰਨ ਤੋਂ ਬਿਲਕੁਲ ਨੀਚੇ ਲਾਉਣਾ ਜੀ। 50 ਨੂੰ ਉੱਪਰ ਤੱਕ ਤੁਸੀਂ ਚੱਕ ਸਕਦੇ ਹੋ ਜੇਕਰ 50 ਤੁਹਾਡੀ ਜ਼ਿਆਦਾ ਨੀਵੀਂ ਲੱਗ ਚੁੱਕੀ ਹੈ। ਇਸ ਤਰ੍ਹਾਂ ਆਪਾਂ ਇਸ ਦਸਤਾਰ ਦੇ ਵਿੱਚ ਉੱਪਰ ਤੋਂ ਨੀਚੇ ਵੱਲ ਨੂੰ ਥੋੜ੍ਹੇ ਥੋੜ੍ਹੇ ਵੱਟ ਕ੍ਰੀਏਟ ਕਰਨੇ ਜੀ। ਬਟ ਤੁਸੀਂ ਜ਼ਿਆਦਾ ਬਰੀਕ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਜੋ ਇਹ ਦਸਤਾਰ ਆਪਾਂ ਜਿਹੜਾ ਸਟਾਈਲ ਬੰਨ ਰਹੇ ਹਾਂ ਇਹਦੇ ਵਿੱਚ ਜ਼ਿਆਦਾ ਬਰੀਕ ਬੱਟ ਨਹੀਂ ਚੱਲਦੇ। ਇਹ ਆਪਾਂ ਖੁੱਲ੍ਹੇ ਪੇਚਾਂ ਵਾਲੀ ਦਸਤਾਰ ਹੈ ਜੋ ਬੰਨਾਂਗੇ ਜੀ। ਬਿਲਕੁਲ ਢਿੱਲੇ ਪੇਚ ਹੋਣੇ ਚਾਹੀਦੇ ਨੇ ਅਤੇ ਮੋਟੇ ਮੋਟੇ ਪੇਚ ਹੋਣੇ ਚਾਹੀਦੇ ਨੇ ਬੈਕ ਸਾਈਡ ਤੋਂ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਇਸੇ ਤਰੀਕੇ ਨਾਲ ਲੜ ਲੈ ਕੇ ਆਉਣਾ। ਪੂਣੀ ਨੂੰ ਬਿਲਕੁਲ ਖੋਲ੍ਹਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬੱਟ ਇਹਦੇ ਵਿੱਚ ਜੋ ਆਪਣੀ ਪੂਣੀ ਆ ਉਹ ਆਪਾਂ ਜ਼ਿਆਦਾ ਚੌੜੀ ਨਹੀਂ ਕਰਨੀ ਜੀ, ਸਿੰਪਲ ਪੂਣੀ ਕਰਨੀ ਆਪਾਂ ਜੀ। ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਥੋੜ੍ਹੇ ਥੋੜ੍ਹੇ ਬੱਟ ਨੇ ਜੋ ਆਪੀ ਕ੍ਰੀਏਟ ਹੁੰਦੇ ਜਾਂਦੇ ਹਨ। ਜਿੱਦਾਂ ਕਿ ਆਪਾਂ ਨੂੰ ਸਟਾਈਲ ਜਿਹੜਾ ਆਪਾਂ ਬੰਨਣਾ, ਜ਼ਿਆਦਾ ਬਰੀਕ ਬੱਟ ਪਾਉਣ ਦੀ ਤੁਸੀਂ ਕੋਸ਼ਿਸ਼ ਨਹੀਂ ਕਰਨੀ। ਆਪਾਂ ਮੋਟੇ ਮੋਟੇ ਪੇਚ ਲਾਉਂਦੇ ਜੀ, ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਪੇਚ ਨੇ ਜੋ ਲਾਉਂਦੇ ਜਾਣਾ। ਢਿੱਲੇ ਪੇਚ ਹੋਣੇ ਚਾਹੀਦੇ। ਕੱਪੜਾ ਤੁਸੀਂ ਸਾਈਡ 'ਤੇ ਜ਼ਰੂਰ ਲਾ ਦੇਣਾ, ਕਿਉਂਕਿ ਇਹ ਦਸਤਾਰ ਹੈ ਜੋ ਥੋੜ੍ਹੀ ਜਿਹੀ ਗੋਲ ਸ਼ੇਪ ਵਾਲੀ ਹੈ ਅਤੇ ਫੁੱਲਮੀ ਦਸਤਾਰ ਹੈ, ਮੂੰਹ ਤੋਂ ਥੋੜ੍ਹੀ ਜਿਹੀ ਵੱਡੀ ਲੱਗਣੀ ਚਾਹੀਦੀ ਹੈ, ਇਸ ਕਰਕੇ ਥੋੜ੍ਹਾ ਜਿਹਾ ਕੱਪੜਾ ਜੋ ਪਾਇਆ ਗਿਆ ਜੀ। ਦਸਤਾਰ 'ਤੇ ਪਾਣੀ ਤੁਸੀਂ ਬਿਲਕੁਲ ਨਹੀਂ ਛਿੜਕਣਾ। ਜੇਕਰ ਦਸਤਾਰ ਦਾ ਕੱਪੜਾ ਜ਼ਿਆਦਾ ਮੋਟਾ ਹੈ ਤਾਂ ਤੁਸੀਂ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਹਲਕਾ ਹਲਕਾ ਪਾਣੀ ਹੈ ਜੋ ਛਿੜਕ ਸਕਦੇ ਹੋ, ਨਹੀਂ ਪਾਣੀ ਨਹੀਂ ਛਿੜਕਣਾ, ਕਿਉਂਕਿ ਇਹ ਦਸਤਾਰ ਦਾ ਸਟਾਈਲ ਹੈ ਜੋ ਆਪਾਂ ਨੂੰ ਫਲਾਵਟ ਵਾਲਾ ਚਾਹੀਦਾ ਜੀ। ਇਸ ਤਰੀਕੇ ਦੇ ਨਾਲ ਤੁਸੀਂ ਬੈਕ ਸਾਈਡ ਤੋਂ ਜੋ ਪਿੰਚ ਕਰਨਾ ਥੋੜ੍ਹਾ ਥੋੜ੍ਹਾ ਜੀ। ਜੇਕਰ ਕਿਤੋਂ ਸਮਝ ਨਾ ਲੱਗੇ ਜੀ, ਥੱਲੇ ਨੰਬਰਾਂ 'ਤੇ ਜੇ ਸੋਸ਼ਲ ਸਾਈਟ 'ਤੇ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ, ਤੁਹਾਡੇ ਸਵਾਲਾਂ ਦੇ ਜਵਾਬ ਨੇ ਜ਼ਰੂਰ ਦਿੱਤੇ ਜਾਣਗੇ ਜੀ। ਜੇਕਰ ਤੁਸੀਂ ਚਾਹੁੰਦੇ ਕਿ ਅਸੀਂ ਤੁਹਾਡੇ ਕਹਿਣ 'ਤੇ ਸਟਾਈਲ ਦੀ ਵੀਡੀਓ ਹੈ ਜੋ ਅਪਲੋਡ ਕਰੀਏ ਆਪਣੇ ਯੂਟਿਊਬ ਚੈਨਲ 'ਤੇ, ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਜੀ, ਆਪਾਂ ਜ਼ਰੂਰ ਅਪਲੋਡ ਕਰਾਂਗੇ ਜਲਦੀ। ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ ਜੀ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ। ਇਸ ਚੈਨਲ 'ਤੇ ਹੋਰ ਵੀ ਕਈ ਦਸਤਾਰਾਂ ਦੇ ਰਿਲੇਟਡ ਵੀਡੀਓ ਨੇ ਜੋ ਅਪਲੋਡ ਨੇ ਜੀ, ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਜੀ। ਇਸ ਤਰੀਕੇ ਦੇ ਨਾਲ ਹੀ ਆਪਾਂ ਸਾਰੀ ਦਸਤਾਰ ਸਜਾਉਣੀ ਹੈ ਜੀ। ਦਸਤਾਰ ਨੂੰ ਇੱਕ ਗੱਲ ਹੋਰ ਧਿਆਨ ਰੱਖੋ, ਜਦੋਂ ਵੀ ਤੁਸੀਂ ਲੜ ਲਾਉਣੇ ਉਹਨੂੰ ਦੱਬ ਜ਼ਰੂਰ ਦਿਆ ਕਰੋ, ਕਿਉਂਕਿ ਇਹ ਦਸਤਾਰ ਹੈ ਜੋ ਬੈਕ ਸਾਈਡ ਨੂੰ ਜ਼ਿਆਦਾ ਜਾਂਦੀ ਹੈ, ਤਾਂ ਆਪਾਂ ਨੇ ਇਹਨੂੰ ਮੱਥੇ 'ਤੇ ਬਿਲਕੁਲ ਬਰਾਬਰ ਰੱਖਣਾ। ਥੋੜ੍ਹਾ ਮੋਟਾ ਕਈ ਵਾਰ ਚੁੰਝ ਹੈ ਜੋ ਬਾਹਰ ਆ ਜਾਂਦੀ ਹੈ ਦਸਤਾਰ ਦੀ, ਤਾਂ ਆਪਾਂ ਇਸ ਦਸਤਾਰ 'ਤੇ ਚੁੰਝ ਬਾਹਰ ਨਹੀਂ ਲਿਆਉਣੀ, ਆਪਾਂ ਨੇ ਪਿੱਛੇ ਨੂੰ ਲੈ ਕੇ ਜਾਣਾ ਦਸਤਾਰ ਨੂੰ। ਜ਼ਿਆਦਾਤਰ ਆਪਣੀ ਦਸਤਾਰ ਹੈ ਜੋ ਪਿੱਛੇ ਨੂੰ ਹੋਣੀ ਚਾਹੀਦੀ ਹੈ। ਜਦੋਂ ਵੀ ਆਪਾਂ ਲੜ ਲਾਉਣਾ ਉੱਪਰੋਂ ਜ਼ਰੂਰ ਦੱਬ ਦਿਆ ਕਰੋ ਜੀ, ਹਥੇਲੀ ਦੇ ਨਾਲ ਪਿੱਛੇ ਨੂੰ ਲੈ ਕੇ ਜਾਣਾ ਇਸ ਦਸਤਾਰ ਨੂੰ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਚੌਥਾ ਲੜਾ ਹੈ, ਜਦੋਂ ਆਪਾਂ ਲਾਉਣਾ ਉੱਪਰੋਂ ਜ਼ਰੂਰ ਦੱਬ ਦੇਣਾ। ਇਹਦੇ ਨਾਲ ਕੀ ਹੈ, ਜਦੋਂ ਆਪਾਂ ਪੰਜਵਾਂ ਲੜ ਲਾਵਾਂਗੇ ਤਾਂ ਇਹਦੇ ਉੱਪਰ ਲਾਉਣ ਵੇਲੇ ਇਹ ਗੋਲ ਹੋ ਜਾਵੇਗੀ, ਸ਼ੇਪ ਹੈ ਜੋ ਗੋਲ ਹੋ ਜਾਵੇਗੀ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਪੰਜਵਾਂ ਲੜ ਲੈ ਕੇ ਆਉਣਾ ਜੀ। ਪੰਜਵਾਂ ਲੜ ਲਿਆਉਣ ਤੋਂ ਬਾਅਦ ਤੁਸੀਂ ਹੌਲੀ ਹੌਲੀ ਥੋੜ੍ਹੇ ਥੋੜ੍ਹੇ ਬੱਟ ਕ੍ਰੀਏਟ ਕਰਦੇ ਹੋਏ ਇਹ ਲੜਾ ਹੈ ਜੋ ਲਾਉਂਦੇ ਜਾਣਾ ਜੀ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੰਜਵਾਂ ਲੜਾ ਹੈ ਜੋ ਲਾਉਣਾ। ਤੁਸੀਂ ਸ਼ੇਪ ਦੇਖ ਸਕਦੇ ਹੋ ਬਿਲਕੁਲ ਵਧੀਆ ਸ਼ੇਪ ਆ ਰਹੀ ਹੈ, ਜਿੰਨਾ ਦੀ ਆਪਾਂ ਨੂੰ ਚਾਹੀਦੀ ਹੈ ਜੀ। ਉੱਪਰ ਹੱਥ ਜ਼ਰੂਰ ਮਾਰ ਦਿਆ ਕਰੋ ਜੀ ਦਸਤਾਰ 'ਤੇ, ਤੁਸੀਂ ਸਾਈਡ 'ਤੇ ਹੱਥ ਪਾ ਕੇ ਇਹਨੂੰ ਦਸਤਾਰ ਨੂੰ ਹੋਰ ਵੀ ਬਾਹਰ ਨੂੰ ਕੱਢ ਸਕਦੇ ਹੋ, ਤਾਂ ਕਿ ਵੱਡੀ ਦਸਤਾਰ ਲੱਗੇ। ਬਾਕੀ ਜੋ ਮਾੜੇ ਮੋਟੇ ਅੱਗੇ ਵੱਟ ਹੁੰਦੇ ਹਨ ਉਹਨਾਂ ਨੂੰ ਆਪਾਂ ਨੇ ਜ਼ਿਆਦਾ ਸਾਫ਼ ਨਹੀਂ ਕਰਨਾ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਦੋਨੇ ਹਥੇਲੀਆਂ ਨਾਲ ਦਾਬ ਦੇ ਕੇ ਦਸਤਾਰ ਨੂੰ ਪਿੱਛੇ ਨੂੰ ਲੈ ਕੇ ਜਾਣਾ। ਉਸ ਤੋਂ ਬਾਅਦ ਆਪਣਾ ਲਾਸਟ ਲੜਾ ਹੈ ਜੋ ਆਪਾਂ ਲਾਵਾਂਗੇ ਜੀ ਸ਼ਿਵਾ ਲੜ। ਲਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਆਪਾਂ ਜ਼ਿਆਦਾ ਸਫਾਈ ਨਾਲ ਨਹੀਂ ਲਾਉਣੇ ਲੜਾਂ ਨੂੰ, ਤੁਸੀਂ ਦੇਖ ਸਕਦੇ ਹੋ।
ਜਿੱਦਾਂ ਕਿ ਤੁਸੀਂ ਉੱਪਰ ਫੋਟੋ 'ਚ ਦੇਖ ਰਹੇ ਹੋ ਉਸੇ ਤਰ੍ਹਾਂ ਹੀ ਆਪਾਂ ਨੇ ਨੀਚੇ ਵੱਲ ਤੋਂ ਲੈ ਕੇ ਆਉਣਾ ਹੈ ਜੀ। ਇਸ ਤਰ੍ਹਾਂ ਪਿੱਛੋਂ ਨੀਚੇ ਤੋਂ ਅੱਗੋਂ ਆ ਕੇ ਆਪਾਂ ਨੇ ਪੂਰਾ ਲੜ ਹੈ ਜੋ ਖੋਲ੍ਹ ਦੇਣਾ ਜੀ। ਪੂਰਾ ਖੋਲ੍ਹਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਸਿੱਧਾ ਹੀ ਲੜ ਨੂੰ ਲਾਉਣਾ, ਬਿਲਕੁਲ ਵੀ ਮੋੜਨਾ ਨਹੀਂ ਹੈਗਾ। ਜਿੱਦਾਂ ਆਪਾਂ ਨੂੰ ਦੋ ਤਿੰਨ ਉਂਗਲਾਂ ਦਾ ਲੜ ਹੈ ਜੋ ਚਾਹੀਦਾ ਚੌੜਾ, ਉਸੇ ਤਰੀਕੇ ਦੇ ਨਾਲ ਹੀ ਆਪਾਂ ਨੇ ਸਿੰਪਲ ਲਾ ਦੇਣਾ ਜੀ। ਉੱਪਰ ਵੱਲ ਨੂੰ ਉੱਪਰ ਥੋੜ੍ਹਾ ਥੋੜ੍ਹਾ ਹੱਥ ਮਾਰਦੇ ਹੋਏ ਬੈਕ ਸਾਈਡ ਵੱਲ ਨੂੰ ਦਸਤਾਰ ਨੂੰ ਲੈ ਕੇ ਜਾਣਾ। ਇਹ ਸੀ ਆਪਣੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਦੱਸ ਦਿਓ ਕਿੱਦਾਂ ਲੱਗੀ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਲਦੀ, ਤਾਂ ਉਦੋਂ ਤੱਕ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ, ਬੈੱਲ ਆਈਕਨ ਨੂੰ ਦੱਬ ਲਓ ਤਾਂ ਕਿ ਨਵੇਂ ਅਪਡੇਟ ਤੁਹਾਨੂੰ ਜਲਦੀ ਹੀ ਮਿਲ ਸਕਣ।